ਅਸੀਕਾਰ ਜੀ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਜਥੇਬੰਦੀਆਂ ਨੇ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਇੱਕ ਵੱਡਾ ਜਿਹੜਾ ਅੰਦੋਲਨ ਖੜਾ ਕਰਕੇ ਰੱਖ ਦਿੱਤਾ ਜਿਹੜਾ ਇਤਿਹਾਸ ਦੇ ਪੰਨਿਆਂ ਦੇ ਵਿੱਚ ਇੱਕ ਅਹਿਮ ਜਿਹੜਾ ਹੈ ਉਹ ਇੱਕ ਅਹਿਮ ਜਿਹੜਾ ਪਲ ਬਣ ਕੇ ਰਹਿ ਜਾਏਗਾ। ਹਾਂ, ਕੀ ਬਣੇਗਾ ਉਹ ਭਵਿੱਖ ਤੈਅ ਕਰੇਗਾ। ਉਹਦੇ ਵਿੱਚੋਂ ਹੀ ਜਦੋਂ ਅਸੀਂ ਟਿੱਕਰੀ ਬਾਰਡਰ ਦੇ ਉੱਪਰ ਪਹੁੰਚੇ ਹੈ ਅਤੇ ਅੱਡ ਅੱਡ ਤਸਵੀਰਾਂ ਜਿਹੜੀਆਂ ਕਿਸਾਨ ਅੰਦੋਲਨ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਵੀ ਦਿੱਲੀ ਦੇ ਇਰਦ ਗਿਰਦ ਇਹਨਾਂ ਅੰਦੋਲਨਾਂ ਨੂੰ ਇਹਨਾਂ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਅਸੀਂ ਪਿੰਡ ਵਸਾਵਾਂਗੇ। ਪਿੰਡ ਤਾਂ ਵਸੇ ਹੀ, ਤੁਹਾਡੇ ਨਾਲ ਸਾਂਝੇ ਵੀ ਕਰਦੇ ਰਹੇ ਹਾਂ। ਉਹਨਾਂ ਪਿੰਡਾਂ ਦੇ ਵਿੱਚੋਂ ਇੱਕ ਵੱਖਰੀ ਜਿਹੜੀ ਇੱਕ ਹੋਰ ਜਿਹੜੀ ਗੱਲ ਵਾਪਰੀ ਆ ਉਹਦੇ ਤੱਕ ਪਹੁੰਚੇ ਹੈ ਜਿਹਦੇ 'ਤੇ ਲਗਾਤਾਰ ਕੰਟਰੋਵਰਸੀ ਵੀ ਰਹਿ ਰਹੀ ਹੈ। ਹਾਂ, ਇਹ ਤਾਂ ਜ਼ਰੂਰ ਹੈ, ਨੌਜਵਾਨ ਲਗਾਤਾਰ ਕੰਟਰੋਵਰਸੀ ਦਾ ਚਿਹਰਾ ਰਿਹਾ, ਚਾਹੇ ਕਰਤਾਰ ਸਿੰਘ ਸਰਾਭਾ ਹੈ, ਭਗਤ ਸਿੰਘ ਹੈ, ਲਗਾਤਾਰ ਆਪਣੀਆਂ ਜਿਹੜੀਆਂ ਵਿਚਾਰਧਾਰਕ ਸੇਧਾਂ ਨੂੰ ਲੈ ਕੇ ਉਹ ਲਗਾਤਾਰ ਪਾਸ ਦੇ ਵਿੱਚ ਵੀ ਚਰਚਾ ਦਾ ਵਿਸ਼ਾ ਰਿਹਾ, ਅੱਜ ਵੀ ਹੈ। ਉਹਦੇ ਵਿੱਚੋਂ ਵੀ ਅਸੀਂ ਟਿੱਕਰੀ ਬਾਰਡਰ 'ਤੇ ਪਹੁੰਚੇ ਹਾਂ ਅਤੇ ਅਜੇਪਾਲ ਸਾਡੇ ਨਾਲ ਨੌਜਵਾਨ ਹੈ ਜਿਨ੍ਹਾਂ ਵੱਲੋਂ ਟਰੋਲੀ ਟਾਈਮਸ ਜਿਹੜੀ ਅਖਬਾਰ ਹੈ ਉਹ ਛਾਪੀ ਹੈ ਇਸ ਅੰਦੋਲਨ ਦੇ ਵਿੱਚ ਹੀ। ਅਜੇ ਜੀ, ਸਵਾਗਤ ਹੈ ਪਹਿਲਾਂ ਤਾਂ। ਧੰਨਵਾਦ ਜੀ ਤੁਹਾਡਾ ਵੀ, ਤੁਹਾਡੇ ਸਾਰੇ ਲਿਸਨਰ ਦਾ ਵੀ। ਪਹਿਲਾਂ ਤਾਂ ਤੁਹਾਨੂੰ ਮੁਬਾਰਕ ਵੀ ਹੈ, ਆਪਣੇ ਵੱਲੋਂ ਹੈ, ਨੌਜਵਾਨਾਂ ਵੱਲੋਂ ਵੀ ਹੈ। ਤੁਸੀਂ ਉਪਰਾਲਾ ਕੀਤਾ ਅਤੇ ਕੀ ਸੋਚ ਕੇ ਇਹ ਉਪਰਾਲਾ ਕੀਤਾ? ਮੈਂ ਕਹਿੰਦਾ ਮੁਬਾਰਕ ਤਾਂ ਪੂਰੇ ਇਸ ਅੰਦੋਲਨ ਦੀ ਹੈ, ਤਾਂ ਕੋਈ ਮੈਂ ਇਕੱਲਾ ਜਾਂ ਸਾਡੀ ਟੀਮ ਇਹਦਾ ਕੋਈ ਸੁੱਖ 'ਚ ਕ੍ਰੈਡਿਟ ਨਹੀਂ ਲੈਂਦੀ, ਇਹ ਅੰਦੋਲਨ ਦੀ ਉਪਜ ਹੈ। ਅਤੇ ਸੋਚ ਇਹਦੇ ਪਿੱਛੇ ਇਹੀ ਸੀ ਕਿ ਕੋਈ ਐਂ ਨਹੀਂ ਸੀਗਾ ਵੀ ਨਾਮ ਬਣਾਉਣਾ ਜਾਂ ਉਹ ਹੈ, ਸਾਨੂੰ ਤਾਂ ਕਮੀ ਸੀ ਜਿਹੜੀ ਉਹ ਲਗਾਤਾਰ ਘਾਟ ਰੜਕਦੀ ਸੀ ਵੀ ਇਹ ਜਿਹੜੇ ਸਾਡੇ ਮੋਰਚੇ ਨੇ ਇੰਨੇ ਲੰਬੇ ਹੋ ਗਏ ਨੇ ਕਿ ਲੋਕਾਂ ਦਾ ਸਟੇਜ ਨਾਲ ਜੁੜਨਾ ਉਨਾ ਸੌਖਾ ਨਹੀਂ ਹੈਗਾ, ਤਾਂ ਕਿਸ ਤਰੀਕੇ ਨਾਲ ਸਟੇਜ ਦਾ ਮੈਸੇਜ ਹੈ ਜਿਹੜਾ ਉਹ ਟਰਾਲੀ ਟਰਾਲੀ ਤੱਕ ਪਹੁੰਚਾਇਆ ਜਾ ਸਕੇ, ਤਾਂ ਇਸ ਸੋਚ ਨੂੰ ਲੈ ਕੇ ਅਸੀਂ ਇਹ ਅਤੇ ਇੱਕ ਮੋਰਓਵਰ ਵਿਊਜ਼ ਦੀ ਕਲੈਰਿਟੀ ਰਹੇ ਲੋਕਾਂ ਨੂੰ, ਅਪਡੇਟ ਲਗਾਤਾਰ ਮਿਲਦੇ ਰਹਿਣ ਵੀ ਕੀ ਚੱਲ ਰਿਹਾ, ਸੰਘਰਸ਼ ਕਿਸ ਮੋੜ 'ਤੇ ਖੜ੍ਹਾ, ਸਰਕਾਰ ਕੀ ਨਵੀਆਂ ਇਹਦੇ 'ਚ ਗੁੰਦਾ ਗੁੰਦ ਰਹੀ ਹੈ, ਅਸੀਂ ਉਹਨੂੰ ਕਿਵੇਂ ਟੈਕਲ ਕਰ ਰਹੇ ਹਾਂ, ਸਾਡੇ ਆਗੂ ਕੀ ਕਹਿ ਰਹੇ ਨੇ, ਤਾਂ ਇਹਨਾਂ ਚੀਜ਼ਾਂ ਨੂੰ ਪਹੁੰਚਾਉਣ ਲਈ ਸਾਰਿਆਂ ਤੋਂ ਇੱਕੋ ਵਕਤ ਇੱਕੋ ਚੀਜ਼ ਕਮਿਊਨੀਕੇਟ ਕਰਨ ਲਈ ਅਸੀਂ ਇਹਨੂੰ ਸ਼ੁਰੂ ਕੀਤਾ ਸੀਗਾ ਅਤੇ ਉਹਨੂੰ ਬੜਾ ਪਿਆਰ ਦਿੱਤਾ। ਅਸੀਂ ਪਹਿਲੇ ਦਿਨੋਂ ਕਿਹਾ ਵੀ ਸੰਘਰਸ਼ ਦਾ ਪਰਚਾ, ਸੰਘਰਸ਼ ਦੀ ਸੱਚ ਤੋਂ ਹੀ ਲਿਖਿਆ ਜਾਂਦਾ, ਸੰਘਰਸ਼ ਦੀ ਸੱਚ 'ਚ ਹੀ ਪੜਿਆ ਜਾਂਦਾ। ਅਤੇ ਇਹ ਪਰਚਾ ਮਤਲਬ ਕਿ ਖਰਚਾ ਵੀ ਇਹਨੂੰ ਆਇਆ ਹੋਣਾ ਵੱਡੇ ਪੱਧਰ ਦੇ ਉੱਤੇ, ਬਤੌਰ ਨੌਜਵਾਨ ਤਾਂ ਅਸੀਂ ਸਾਰੇ ਬੇਰੁਜ਼ਗਾਰ ਹੀ ਹਾਂ, ਅਜਿਹੇ ਹਾਲਾਤਾਂ ਦੇ ਵਿੱਚ ਇਹ ਮਤਲਬ ਕਿੱਥੋਂ ਹੋ ਰਹੀ ਹੈ? ਸਾਡਾ ਇੱਥੇ ਥੋੜ੍ਹਾ ਜਿਹਾ ਫਰਕ ਆ ਵੀ ਜਿਹੜੀ ਸਾਡੀ ਟੀਮ ਆ ਉਹ ਸਾਰੇ ਲਗਭਗ ਪ੍ਰੋਫੈਸ਼ਨਲੀ ਵੱਖ ਵੱਖ ਫੀਲਡ 'ਚ ਕੰਮ ਕਰਨ ਵਾਲੇ ਬੰਦੇ ਸੀ, ਤਾਂ ਉਹ ਆਪਦਾ ਕੰਮ ਛੱਡ ਕੇ ਸੰਘਰਸ਼ 'ਚ ਆਏ ਹੋਏ ਨੇ। ਤਾਂ ਸ਼ੁਰੂ 'ਚ ਤਾਂ ਸਾਡੇ ਕੋਲ ਵਿਟਿੰਗ ਵਸੀਲੇ ਇੰਨੇ ਕੁ ਸੀਗੇ ਵੀ ਪਹਿਲੇ 2-4 ਅੰਕ ਅਸੀਂ ਆਪ ਕੱਢੇ, ਫਿਰ ਜਦੋਂ ਸਾਨੂੰ ਲੱਗਾ ਵੀ ਹੁਣ ਇਹਨੂੰ ਵੱਡੇ ਪੱਧਰ 'ਤੇ ਜਾਂ ਹੋਰ ਖਰਚੇ ਸਾਡੇ ਵੱਧ ਰਹੇ ਨੇ, ਤਾਂ ਅਸੀਂ ਛੋਟੀ ਜਿਹੀ ਇੱਕ ਅਪੀਲ ਕੀਤੀ ਸੀ, ਲੋਕਾਂ ਨੇ ਇੱਥੋਂ ਹੀ ਸਾਨੂੰ ਇੰਨਾ ਕੁ ਪੈਸਾ ਦਿੱਤਾ ਵੀ ਸਾਡੇ 10 ਅੰਕ ਹੋਰ ਨਿਕਲ ਜਾਣਗੇ, ਫਿਲਹਾਲ 10 ਅੰਕ ਕੱਢਾਂਗੇ, ਜਦੋਂ ਮੁੱਕ ਕੇ ਫਿਰ ਮੰਗ ਲਾਂਗੇ, ਲੋਕਾਂ ਦਾ ਪਰਚਾ ਲੋਕਾਂ ਨੇ ਚਲਾਉਣਾ, ਤਾਂ ਇਹ ਐਂ ਚੱਲਦਾ ਹੈ। ਅਤੇ ਟਰੋਲੀ ਟਾਈਮਸ ਦੇ ਸ਼ਬਦ ਇਹ ਕਿੱਥੋਂ ਆਉਂਦੇ ਆ? ਟਰੋਲੀ ਟਾਈਮਸ ਦੇ ਸ਼ਬਦ ਉਹਨਾਂ ਨੂੰ ਕੁਛ ਸਾਡੀ ਟੀਮ ਘੜ ਲੈਂਦੀ ਹੈ, ਕੁਛ ਅਸੀਂ ਬੇਨਤੀ ਹੱਥ ਜੋੜ ਕੇ ਜਿਹੜੇ ਸਾਡੇ ਬੁੱਧੀਜੀਵੀ ਨੇ ਜਾਂ ਆਗੂ ਸਾਹਿਬਾਨ ਨੇ ਉਹਨਾਂ ਤੋਂ ਲਿਖਵਾ ਲੈਂਦੇ ਹਾਂ, ਅਤੇ ਇੱਦਾਂ ਮਿਲ ਜੁਲ ਕੇ ਹੁਣ ਤਾਂ ਬਹੁਤ ਸਾਰੇ ਲੋਕ ਈਮੇਲ ਕਰਦੇ ਨੇ, ਆਪਦੀਆਂ ਕਿਰਤਾਂ ਭੇਜ ਰਹੇ ਨੇ, ਉਹ ਬਹੁਤ ਵੱਡਾ ਪ੍ਰੈਸ਼ਰ ਸਾਡੇ 'ਤੇ ਇੱਕ ਲਗਾਤਾਰ ਬਣਿਆ ਹੋਇਆ ਵੀ ਸਾਰਿਆਂ ਨੂੰ ਥਾਂ ਕਿਵੇਂ ਦਿੱਤੀ ਜਾ ਸਕੇ ਸੀ, ਉੱਥੇ ਸੋਚ ਵਿਚਾਰ ਕਰਦੇ ਹਾਂ ਨਿਰੰਤਰ, ਪਰ ਹੁਣ ਕੰਟੈਂਟ ਨਹੀਂ, ਕੰਟੈਂਟ ਸਾਡੇ ਕੋਲ ਕਾਫੀ ਹੁੰਦਾ, ਸੋ ਸਾਨੂੰ ਇੱਕ ਐਡੀਟਰ ਟੀਮ ਬਣਾਉਣੀ ਪਈ, ਉਹਦੇ 'ਚੋਂ ਕਿਊਰੇਟ ਕਰਨੀ, ਉੱਥੋਂ ਛਾਂਟਣੀ। ਅਤੇ ਟਰੋਲੀ ਟਾਈਮਸ ਦਾ ਭਵਿੱਖ ਕੀ ਦੇਖਦੇ ਹੋ ਤੁਸੀਂ, ਕੀ ਕਿੱਥੇ ਤੱਕ ਲੈ ਕੇ ਜਾਣਾ ਚਾਹੁੰਦੇ ਹੋ? ਫਿਲਹਾਲ ਤਾਂ ਇਸ ਅੰਦੋਲਨ 'ਚ ਉਪਜਿਆ, ਇਸ ਅੰਦੋਲਨ ਦੀ ਜਿੱਤ ਤੱਕ ਤਾਂ ਅਸੀਂ ਇਹਨੂੰ ਇਸ ਰੂਪ 'ਚ ਚਲਾਵਾਂਗੇ, ਅਤੇ ਫਿਰ ਕੋਸ਼ਿਸ਼ ਕਰਾਂਗੇ ਕਿ ਫ੍ਰੀ ਪ੍ਰੈਸ ਜਿਹੜਾ ਪ੍ਰੈਸ ਦਾ ਸੰਕਲਪ ਹੈ ਉਹ ਆਉਣ ਵਾਲੇ ਲੋਕ ਅੰਦੋਲਨਾਂ 'ਚ ਲੋਕ ਸੰਘਰਸ਼ਾਂ 'ਚ ਵੀ ਇੱਦਾਂ ਹੀ ਲੋਕਾਂ ਦੀ ਬਾਤ ਪਾਉਂਦਾ ਰਹੇ, ਅਤੇ ਜਿਹੜਾ ਹਕੂਮਤੀ ਪੱਖ ਦਾ ਮੀਡੀਆ ਹੈ ਉਹਦੇ ਨਾਲ ਇੱਦਾਂ ਹੀ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਟੱਕਰ ਲੈਂਦਾ ਰਹੇ। ਇੱਕ ਹੋਰ ਜਿਹੜੀ ਹੈ ਇਹ ਤਸਵੀਰ ਅਤੇ ਪੋਸਟ ਕਾਰਡ ਹੈ ਤੁਹਾਡੇ ਵੱਲੋਂ, ਜੋ ਬੜੀ ਸੋਹਣੀ ਤਸਵੀਰ ਹੈ ਜਿਹੜੀ ਤੁਸੀਂ ਛਾਪੀ ਹੈ, ਅਤੇ ਪਿੱਛੇ ਟੂ ਚੀਫ ਜਸਟਿਸ ਆਫ ਇੰਡੀਆ ਸੁਪਰੀਮ ਕੋਰਟ ਨੂੰ ਤੁਸੀਂ ਇਹ ਉਹਦੀ ਭੇਜ ਰਹੇ ਹੋ ਪੋਸਟ ਕਾਰਡ। ਜੀ ਜੀ, ਇਹ 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 ਕਿਹਦਾ ਕੀ ਮੈਸੇਜ ਦੇ ਰਿਹਾ ਮਤਲਬ ਇਹ ਜਿਹੜੀ ਪੋਸਟ ਕਾਰਡ? ਦੇਖੋ, ਨੌਜਵਾਨਾਂ ਦਾ ਇੱਕ ਇਹ ਵੀ ਫਰਜ਼ ਹੁੰਦਾ ਵੀ ਉਹ ਲੀਕ ਤੋਂ ਹਟ ਕੇ ਚੀਜ਼ਾਂ ਕਰਦੇ ਨੇ ਨਾ, ਨਵੀਆਂ ਨਵੀਆਂ ਚੀਜ਼ਾਂ ਸੋਚਦੇ ਨੇ, ਤਾਂ ਜਦੋਂ ਸਾਨੂੰ ਲੱਗਿਆ ਵੀ ਸਾਡੀ ਆਵਾਜ਼ ਉਸ ਰੂਪ 'ਚ ਹਜੇ ਚਾਹੇ ਉਹ ਚੀਫ ਜਸਟਿਸ ਆਫ ਇੰਡੀਆ ਹੋਣ, ਚਾਹੇ ਉਹ ਦੇਸ਼ ਦੇ ਰਾਸ਼ਟਰਪਤੀ ਸਾਹਿਬ ਹੋਣ, ਚਾਹੇ ਉਹ ਪ੍ਰਧਾਨ ਮੰਤਰੀ ਸਾਹਿਬ ਹੋਣ, ਵੀ ਹਜੇ ਵੀ ਉਹ ਸਾਡੀ ਲੱਖਾਂ ਦੀ ਗਿਣਤੀ 'ਚ ਲੋਕ ਮਹੀਨਿਆਂ ਬੱਧੀ ਇੱਥੇ ਹੋ ਗਏ ਬੈਠਿਆਂ ਨੂੰ ਉਹ ਨਹੀਂ ਸੁਣ ਪਾ ਰਹੇ, ਤਾਂ ਸਾਡੇ ਦਿਮਾਗ 'ਚ ਇੱਕ ਆਈਡੀਆ ਹੈ ਵੀ ਚਲੋ ਇੱਕ ਸੰਵਾਦ ਹੋਰ ਰਚਾਇਆ ਜਾਵੇ, ਚਿੱਠੀਆਂ ਦੇ ਜ਼ਰੀਏ ਉਹਨਾਂ ਨਾਲ ਸੰਵਾਦ ਰਚਾਇਆ ਜਾਵੇ,
जो हजार लखा की गिनती चिट्ठिया उन्होंने तक लगातार पहुँचनगियाँ। हो सकता मन की बात कि ना कि आ जाए भी यार इन चिट्ठिया आदिया ने इन्ने लोग मैं रोज़ आपकी गल कहें इन्होंने भी जन की बात भी सुन ला मन की मैं सुना रहना तो उन्होंने लैके असी पोस्ट कार्ड बनवाए ने इनू असी हरेक जो इतने पढ़िया लिखा सिर दसजना कहने भी आपके मन की बात जी तुम भी इतने लिख के भेजो ताकि वह मन की बात करने वाले जो रैबर है इस वे बनया हुआ वो तक पहुँच सके। साढ़े ना एक होर तस्वीर है नवकिरण नत्त। नवकिरण जी स्टूडेंट पोलिटिक्स के लगातार रहे हो तो ट्रोली मैगजीन के भी कोई थोड़ा योगदान है? जी मैं इसकी टीम का भी हिस्सा है। मैं ट्रोली टाइम्स के हिंदी कंटेंट देखती हाँ तो बाकी सारिया एक्टिविटीज़ भी लगे हुए हैं। इतने लाइब्रेरी चला रहे हैं टिकरी के उत्ते शहीद भगत सिंह लाइब्रेरी। उस तो इलावा असं शाम इतने स्क्रीनिंग भी करते हैं ट्रॉली टॉकीज के नाम से। बेसिकली यही है कि जिन्ना भी ज़्यादा तो ज़्यादा आपकी कपैसिटी योगदान पा सकी इस अंदोलन उस कोशिश लगे। मैं लगता थोड़ा सारा परिवार शायद इतने तीन पीढ़ियाँ तो एक खास चीज़ भी हैगी है। इस करके मेरे भी है कि मैं मिल के जावगा पूरा दर्द तो ये कि लोग भी टिप्पणी करते हैं कोई आंढ़ गुआंढ वाले कजिहा देखते हैं इस चीज़ को भी तुम सौ परिवार बैठे हो तीन पीढ़ियाँ है उस तो वड्डी गल है। सानू यह गल बड़ी सहज लगती है क्योंकि जिवें परिवार का पिछोकड़ रहा है साडा दोनों भैन भरावान का जन्म ज पालन पोषण संघर्षा च ही होया है। असं ये सब कुछ शुरू तो देखते आए हैं संघर्षा चाहना पुलिस का जबर जेलों जाना साढ़े लिए बड़िया साधारण गल् ने पर लोगों इस तो बड़ी इंस्पीरेशन मिलती है उन्होंने प्यार तो जिस रूप चाह के सू मिल के जाते हैं वो सू दिखता तो सू लगता भी चलो जे इस रूप भी लोग चंगा मन के कि देखो कोई परिवार है जरा पूरे का पूरा है तो ये तो उन्होंने प्रेरणा मिलती है असं भी परिवारों समेत जाइए जी कि साड़ी इस अंदोलन की मंग भी है। लगातार असी लोगों को अपील की है भी परिवारों समेत आओ कल कल ना आओ तो जे असी उन्होंने कोई मिसाल कायम कर रहे हैं तो सानू खुशी है। वो मेरा 6-7 साल का बेटा ओनू बिजली घर भेज दिया क्लासा वगैरह चल दया वो लड़ पाता साढ़े ना दो दिन उत्थे लाता फिर इतने आ जाता समझ लगता बच्चा इतें ही सीख रहा है। हूँ असं कहता भी चल तू इतों ही जोड़ा कुछ वो इतने सीखूगा किताबा सारी जिंदगी जो पढ़ा नहीं सकदियाँ तो यही अपील मेरी बापियां है भी इतों तुम ये भी देख लो भी जो 6 साल तो बच्चे तो लैके तो साढ़े फादर साहब की उम्र 60-62 साल है वह भी इतने ने बीमारियां भी ने अस्थमा है सब कुछ है पर वह लगातार संघर्ष के मैदान से डटे हुए ने तो बाकियों भी इतों प्रेरणा लेके इतने आना चाहिए तो यह संघर्ष ता ही कामयाब होगा जो लोग बड़ी गिनती इसे रूप सहयोग दे क्योंकि पिंड है मैं लगता है तुहाडे पिंड तो ज़्यादा चीज़ा इतने इहदा की नाम दिता तुसीं? असं इन्हें शुरू से यूथ सेंटर कहते सी पिलर नंबर 783 का यूथ सेंटर तो यह एक जिन्हों कह सकता व्यापक जहा पिंड है ये क्योंकि ये अगले पास दियाँ कुछ ट्रालियां ने मुक्तसर जिले दियाँ ने फिर इधर फाजिलका जिला मगर लुधियाना खड़ा साडे नाल इत्थे मानसा दियाँ ने थोड़ा दूर जाऊँगे संगरूर वाले आ जाएंगे तो 5-7 पिंड इतने मिल के ये जिले तो एक पिंड जहा बनया असं रोटी भी कट्ठे पकाने गलां बातें भी मारते हैं रिलीफ कैंप चलता है फिल्मा दिखाने हूँ एक नवा इनिशिएटिव आर्टिस्ट परफॉर्मर्स करके लिया से उसे कलाकारों भी जोड़े लोग पक्षी ने जहाँ जो जरूरत है भी लोगों के हक की आवाज़ पा सकन उन्होंने भी इतने बुलाईदा तो एक मैं लगता भी आधुनिक जहा पिंड बन गया बड़ा ग्लोबल जहा कम आ इतने बड़े व्डे व्डे जर्नलिस्ट भी आते हैं लोग होर दूरों नेड़ों वॉलंटियर के बहुत व्डे गिनती वॉलंटियर आते हैं दिल्ली के जेडे कि उन्होंने लगता भी यार आह थान जिते सानी गल भी सुनी जाती है तो देखो इतने सफाई करता कोई होर वॉलंटियर एक्टिविटियां करता तो एक एक्टिविटी सेंटर जहाँ बन गया लोगों भी पता वो भी हूँ कोई समस्या होंगी साढ़े को लैके आता वाह लगती असं पूरा सहयोग करने की कोशिश करते इन दे नाल गल भी साझी की है जिथे मालवा गढ़ रहा इन्होंने संघर्षा के लिटरेसी रेट भी चंगा इतने रहा है लगातार लोग पढ़ते आ रहे हैं जिक्र की अजलपाल ने तीन पीढ़ियाँ इस संघर्ष के इस पड़ा के खड़िया है तो अंदोलन की खूबसूरती भी इतों ही निकल के आती है भी जिते परिवार के परिवार तो एक खास गल जी आई कि पीढ़ियाँ भी खड़िया है तो जोड़े लोग लगातार हाले भी घर होर जल्द लगातार करते हैं ये भी एक पक्ष है इस अंदोलन का कि लोग जिते बिल्कुल सुहिरदता के नाल सियानप के नाल लगातार अपनी हर एक बेस्ट देने की कोशिश कर रहे हैं इस अंदोलन के अंदोलन जोड़े इतिहास के पन्निया के सुनहरी अखर अखर लिखा जाएगा तो ये जड़ियाँ जगह है जड़िया सड़क सी अज पिंडा दे विच घर दे विच बदल गई पिलर का जिक्र किया है अड्रैस इतने बन गए है तो जे सरकार मनी ना तो यह कि पक्के घर ना हो जाए ये पक्या लाइब्रेरिया ना हो जाए
ਇਹ ਕੇਂਦਰ ਦੇ ਵਿੱਚ ਬੈਠੀ ਸਰਕਾਰ ਨੂੰ ਵੀ ਸੋਚਣ ਦੀ ਲੋੜ ਹੈ ਅਤੇ ਉਹਨਾਂ ਲੋਕਾਂ ਨੂੰ ਵੀ ਸੋਚਣ ਦੀ ਲੋੜ ਹੈ ਜਿਹੜੇ ਹਾਲੇ ਵੀ ਲੋਕ ਵਿਰੋਧੀ ਜਿਹੜੀ ਹੈ ਉਹ ਗੱਲਾਂ ਦੇ ਨਾਲ ਜਾਂ ਲੋਕ ਵਿਰੋਧੀ ਨਾਅਰਿਆਂ ਦੇ ਨਾਲ ਲਗਾਤਾਰ ਇਹਨਾਂ ਸੰਘਰਸ਼ਾਂ ਨੂੰ ਭੰਡ ਰਹੇ ਹੈ। ਪਰ ਇਹ ਸੰਘਰਸ਼ਾਂ ਦੀ ਨੀਂਹ ਇਹਦੀ ਬੁਨਿਆਦ ਬੜੀ ਹੀ ਅਹਿਮ ਚੀਜ਼ਾਂ ਦੇ ਨਾਲ ਜੁੜੀ ਹੋਈ ਹੈ, ਬੜੇ ਹੀ ਸਿਆਣਪਤਾ ਦੇ ਨਾਲ ਜੁੜੀ ਹੋਈ ਹੈ ਅਤੇ ਇਹਨਾਂ ਦੀ ਕਲਾਕਾਰੀ ਇਹਨਾਂ ਦੇ ਰੰਗਾਂ ਨੂੰ ਕੋਈ ਝੁਟਲਾ ਨਹੀਂ ਸਕਦਾ। ਇਹ ਤਸਵੀਰਾਂ ਤੁਹਾਡੇ ਨਾਲ ਟਿਕਰੀ 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 ਵੋਟਰ ਤੋਂ ਅਸੀਂ ਸਾਂਝੀਆਂ ਕੀਤੀਆਂ। ਧੰਨਵਾਦ ਜੀ।